ਸਰੀ ਦੇ ਸੈਕੰਡਰੀ ਸਕੂਲਸ ਦੇ ਸਟੂਡੈਂਟਸ ਲਈ ਬੈਕ ਟੂ ਸਕੂਲ ਪੈਂਡੈਮਿਕ ਰਿਸਪੌਂਸ ਪਲਾਨ ਕੀ ਹੈ ਇਸ ਬਾਰੇ ਸਰੀ ਸਕੂਲ ਦੇ ਕਮਿਊਨੀਕੇਸ਼ਨਸ ਮੈਨੇਜਰ ਰਤਿੰਦਰ ਮੈਥਿਊ ਨੇ ਜਾਣਕਾਰੀ ਦਿੱਤੀ ਰਤਿੰਦਰ ਜੀ ਜੀ ਆਇਆਂ ਨੂੰ ਗੁੱਡ ਮਾਰਨਿੰਗ ਜਿਹੜੀ ਤੁਹਾਡੀ ਪਲਾਨ ਬਣੀ ਹੈ ਜੀ ਉਹਦੇ ਬਾਰੇ ਦੱਸੋ ਮੈਂ ਸਾਡੀ ਪਲਾਨ ਆਊਟਲਾਈਨ ਕਰਦੇ ਆ ਵੀ ਅਸੀਂ ਕਿਵੇਂ ਜਿਹੜੀ ਇੰਟਰੈਕਸ਼ਨਸ ਇਨ ਪਰਸਨ ਕਲੋਸ ਇੰਟਰੈਕਸ਼ਨ ਸਟੂਡੈਂਟਸ ਨਾਲ ਹੁੰਦੇ ਆ ਪੂਰੇ ਦਿਨ ਦੇ ਵਿੱਚ ਵੀ ਉਹ ਅਸੀਂ ਕਿਵੇਂ ਲਿਮਿਟ ਕਰਾਂਗੇ ਨਾਲ ਅਸੀਂ ਸਟਾਰਟ ਟਾਈਮ ਬ੍ਰੇਕ ਟਾਈਮ ਲੰਚ ਟਾਈਮ ਨਾਲ ਡਿਸਮਿਸਲ ਟਾਈਮ ਉਹ ਸਟੈਗਰ ਕਰਾਂਗੇ ਵੀ ਇੱਕ ਕਲਾਸ ਪਹਿਲਾਂ ਆਉਣਗੇ ਦੂਜੀ ਕਲਾਸ ਫਿਰ ਲਿਟਲ ਬਿਟ ਲੇਟਰ ਆਉਣਗੇ ਸਾਰਿਆਂ ਦਾ ਇਕੱਠਿਆਂ ਦਾ ਲੰਚ ਨਹੀਂ ਹੋਏਗਾ ਵੱਖ ਵੱਖ ਟਾਈਮ ਤੇ ਲੰਚ ਕਰਨਗੇ ਹਾਂਜੀ ਯਾ ਸਾਰੇ ਵਿਦਿਆਰਥੀ ਆ ਉਹ ਇੱਕੋ ਟਾਈਮ ਤੇ ਸਕੂਲ ਜਾਣਗੇ ਮਾਰਨਿੰਗ ਸ਼ਿਫਟ ਆਫਟਰਨੂਨ ਸ਼ਿਫਟ ਹੋਏਗੀ No, so jede grade 8 and 9 da o panje den pure den no the school honge. Achha ji. Sab do classa hoya kan gaya har roz. Na o do classa thinu 10 week ka liye term hoga. So do classa phir koi 10 week hai gaya finish karno fir na term shuru ho juga. So jede grade 8 and 9 da o do classa lange una da cohort size 60 honge. So una nu exposure hongi 60 people nu una de bubble de vich. Jede 8 9 wale a o padhnge o sirf do subject hi padhnge. ਪਹਿਲਾਂ ਆਪਾਂ ਅੱਠ ਕਲਾਸਾਂ ਲੈਂਦੇ ਹਾਂ ਸਾਲ ਦੇ ਵਿੱਚ ਰਾਈਟ ਅੱਜ ਵੀ ਅੱਠ ਕਲਾਸ ਸਾਲ ਹੋਣਗੇ ਹੁਣ ਅਸੀਂ ਡਿਵਾਈਡ ਕੀਤਾ ਵੀ ਹਰ 10 ਵੀਕਾਂ ਦੋ ਦੋ ਕਲਾਸਾਂ ਹੋਣਗੀਆਂ ਜਿਹੜੇ 8 9 ਆ ਉਹ ਪੂਰਾ ਦਿਨ ਉੱਥੇ ਹੋਣਗੇ ਜਿਵੇਂ 8:30 ਤੋਂ 2:30 ਆ ਵੀ ਦੋ ਕਲਾਸਾਂ ਦੇ ਵਿੱਚ ਰਤਿੰਦਰ ਜੀ ਦੱਸੋ ਵੀ ਉਹ ਫੈਕਟ ਸ਼ੀਟ ਹੈ ਕਿੱਥੇ ਆ ਅੱਛਾ ਜਿਹੜਾ ਹਾਈਬ੍ਰਿਡ ਸਿਸਟਮ ਆ ਤੁਸੀਂ ਦੱਸਿਆ ਕਿ 11ਵੀਂ 12ਵੀਂ ਜਮਾਤ ਵਾਲੇ ਵਿਦਿਆਰਥੀਆਂ ਨੂੰ ਕੁਝ ਕਲਾਸਿਸ ਇਨ ਪਰਸਨ ਲੱਗਣਗੀਆਂ ਤੇ ਕੁਝ ਜਿਹੜੀਆਂ ਕਲਾਸਿਸ ਨੇ ਉਹ ਆਨਲਾਈਨ ਹੋਣਗੀਆਂ ਜੀ ਜਿਹੜੇ ਵਿਦਿਆਰਥੀ ਨੇ ਟੋਟਲ ਕਿੰਨੇ ਕ ਨੇ ਸਰੀ ਦੇ ਵਿੱਚ ਜਿਹੜੇ ਸਕੂਲ ਜਾ ਰਹੇ ਨੇ ਪੂਰੀ ਇੰਟਰਵਿਊ ਸੁਣਨ ਲਈ ਪੋਸਟ ਨਾਲ ਦਿੱਤੇ ਲਿੰਕ ਤੇ ਕਲਿੱਕ ਕਰੋ ਇਸ ਦਾ ਮਜ਼ਾਕ ਜੋ ਹੋ ਰਿਹਾ ਹੈ ਰੈਡ ਐਫ ਐਮ